ਸਾਰਾ ਜਿਹਾ ਨਿੱਘਾ ਜਿਹਾ ਸਵਾਗਤ। ਮੈਂ ਤੁਹਾਡਾ ਆਪਣਾ ਵਰੁਣ ਤਿਵਾਰੀ ਅਤੇ ਡਾਕਟਰ ਸਾਹਿਬ ਅੱਜ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਸ਼ੁਕਰੀਆ ਵਰੁਣ ਜੀ, ਆਪ ਜੀ ਦਾ ਇੱਕ ਵਾਰ ਫਿਰ ਮੌਕਾ ਦੇਣ ਦਾ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਬਹੁਤ ਸਾਰਾ ਧੰਨਵਾਦ ਸਾਰੇ ਤਰਫੋਂ ਕਰਾਂਗੇ, ਕਿਉਂਕਿ ਬਹੁਤ ਸਾਰੇ ਸਾਨੂੰ ਕੁਐਸਚਨਸ ਵੀ ਆ ਰਹੇ ਨੇ ਅਤੇ ਬਹੁਤ ਸਾਰੇ ਇਸ ਪ੍ਰੋਗਰਾਮ ਨੂੰ ਪਸੰਦ ਵੀ ਕਰ ਰਹੇ ਨੇ ਅਤੇ ਸਾਰੇ ਇਹੀ ਕਹਿੰਦੇ ਨੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਕਿਹੜਾ ਆਪਣੇ ਕੀਮਤੀ ਸਮੇਂ ਵਿੱਚੋਂ ਸਮੇਂ ਕੱਢਦੇ ਹਾਂ। ਅਤੇ ਡਾਕਟਰ ਸਾਹਿਬ, ਬਹੁਤ ਸਾਰੇ ਕੁਐਸਚਨਾਂ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਇਆ, ਸਟ੍ਰੈਸ, ਜਿਹੜੀ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ ਇਸ਼ੂ ਸਟ੍ਰੈਸ, ਇਹਨੂੰ ਕਿਸ ਤਰੀਕੇ ਦੇ ਸਟ੍ਰੈਸਿਸ ਹੁੰਦੇ ਨੇ ਆਮ ਬੰਦੇ ਨੂੰ ਅਤੇ ਕਿਸ ਤਰੀਕੇ ਇਹ ਪਹਿਚਾਣੇ ਜਾਂਦੇ ਨੇ ਕਿ ਸਟ੍ਰੈਸ ਹੈ ਅਤੇ ਐਗਜ਼ਾਇਟੀ ਹੈ, ਅਤੇ ਕਿਉਂਕਿ ਦੌੜ ਭੱਜ ਇੰਨੀ ਲੱਗੀ ਹੋਈ ਹੈ ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ, ਕਿਸ ਤਰੀਕੇ ਨਾਲ ਲੱਭਿਆ ਜਾਵੇ ਕਿ ਇਸ ਬੰਦੇ ਨੂੰ ਸਟ੍ਰੈਸ ਆ। ਹਾਂਜੀ ਵਰੁਣ ਜੀ, ਸਭ ਤੋਂ ਪਹਿਲੇ ਤਾਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ। ਅਤੇ ਆਪਾਂ ਕਹਿ ਲਓ ਵੀ ਰੋਜ਼ਮਰ੍ਹਾ ਦੀ ਜ਼ਿੰਦਗੀ ਜਿਹੜੀ ਹੈ, ਮੇਰੇ ਖਿਆਲ ਨਾਲ ਕੋਈ ਬੰਦਾ ਹੋਵੇਗਾ ਜਿਹਨੂੰ ਸਟ੍ਰੈਸ ਦੀ ਪ੍ਰੋਬਲਮ ਨਹੀਂ ਹੈਗੀ। ਕਾਰਨ ਬਹੁਤ ਨੇ, ਹਰ ਬੰਦਾ ਜਿਹੜਾ ਹੈਗਾ ਤਕਰੀਬਨ, ਜਿੰਨਾ ਵੀ ਮੈਂ ਵੇਖਦਾ ਵਾਂ, ਭਾਵੇਂ ਉਹ ਗੋਰਿਆਂ 'ਚ ਹੈ ਭਾਵੇਂ ਆਪਣਿਆਂ 'ਚ ਹੈ, ਹਰ ਬੰਦਾ ਜਿਹੜਾ ਕਿਸੇ ਨਾ ਕਿਸੇ ਲੈਵਲ ਤੱਕ ਸਟ੍ਰੈਸ ਦੇ ਥਰੂ ਜਾ ਰਿਹਾ ਜੀ। ਸਟ੍ਰੈਸ ਨੂੰ ਮੈਂ ਇਹ ਕਹਿੰਦਾ ਹੁੰਦਾ ਵਾਂ, ਜਿਵੇਂ ਐਂਗਜ਼ਾਇਟੀ ਹੈ, ਐਂਗਜ਼ਾਇਟੀ ਅਤੇ ਸਟ੍ਰੈਸ ਬਹੁਤ ਜ਼ਿਆਦਾ ਇੰਟਰਲਿੰਕਡ ਨੇ। ਐਂਗਜ਼ਾਇਟੀ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਅਨਨੋਨ ਫੀਅਰ, ਅਨਨੋਨ ਫੀਅਰ, ਅਨਨੋਨ ਫੀਅਰ। ਤੁਹਾਨੂੰ ਪਤਾ ਨਹੀਂ ਕਿਉਂ ਤੁਹਾਡਾ ਦਿਲ ਧੜਕਦਾ ਪਿਆ, ਕਿਉਂ ਤੁਹਾਨੂੰ ਡਰ ਲੱਗਦਾ ਪਿਆ, ਕਿਸ ਚੀਜ਼ ਦੀ ਤੁਹਾਨੂੰ ਪਰੇਸ਼ਾਨੀ ਹੈਗੀ। ਸਟ੍ਰੈਸ ਜਿਹੜਾ ਹੈਗਾ ਹੈ ਉਹ ਬੜੇ ਤਰ੍ਹਾਂ ਦਾ, ਇੱਕ ਤਾਂ ਮੈਂਟਲ ਸਟ੍ਰੈਸ ਹੈ, ਬੋਡੀ ਦਾ ਸਟ੍ਰੈਸ ਹੈ। ਆਪਾਂ ਇਸ ਐਪੀਸੋਡ ਦੇ ਵਿੱਚ ਆਪਾਂ ਮੈਂਟਲ ਸਟ੍ਰੈਸ ਦੀ ਗੱਲ ਕਰਾਂਗੇ। ਓਕੇ, ਆਪਾਂ ਸਾਰੇ ਆਪਣੇ ਪਰਿਵਾਰ ਛੱਡ ਕੇ, ਪਿੱਛੋਂ ਪੰਜਾਬ ਛੱਡ ਕੇ ਇੱਥੇ ਆਏ ਹਾਂ ਇਹਨਾਂ ਮੁਲਕਾਂ ਦੇ ਵਿੱਚ, ਐਂਡ ਅਸੀਂ ਕੋਈ ਨਾ ਕੋਈ ਗੋਲ ਅਸੀਂ ਸੈੱਟ ਕੀਤਾ ਹੋਇਆ ਆਪਣੀ ਲਾਈਫ ਦੇ ਵਿੱਚ। ਹੁਣ ਉਹ ਗੋਲ ਜਾਂ ਟਾਰਗੇਟ ਨੂੰ ਮੀਟ ਕਰਨ ਲੱਗੇ ਹਾਂ, ਸਾਨੂੰ ਹਮੇਸ਼ਾ ਇਹ ਲੱਗਾ ਰਹਿੰਦਾ ਹੈ ਵੀ ਅਸੀਂ ਕਿਤੇ ਫੇਲੀਅਰ 'ਚ ਨਾ ਚਲ ਜਾਈਏ, ਜਾਂ ਅਸੀਂ ਇਹ ਗੋਲ ਨੂੰ ਮੀਟ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਹੁਣ ਉਹ ਜਿਹੜੇ ਟਾਰਗੇਟ ਆਪਾਂ ਸੈੱਟ ਕੀਤੇ ਹੁੰਦੇ ਨੇ, ਉਹਨਾਂ ਨੂੰ ਰੀਚ ਕਰਨ ਦੇ ਵਾਸਤੇ ਸਾਨੂੰ ਸਟ੍ਰੈਸ ਜਿਹੜਾ ਹੈ ਉਹ ਵੱਧ ਜਾਂਦਾ। ਹੋਰ ਵੀ ਬੜੇ ਕਾਰਨ ਨੇ ਸਟ੍ਰੈਸ ਦੇ, ਜਿਵੇਂ ਕਹਿ ਲਓ ਵੀ ਤੁਸੀਂ ਤੁਹਾਨੂੰ ਕੰਮ ਦਾ ਸਟ੍ਰੈਸ ਹੈ, ਵਰਕ ਦੇ ਉੱਤੇ ਤੁਸੀਂ ਜਾਣਾ ਹੈ, ਐਂਡ ਵਰਕ ਦੇ ਵਿੱਚ ਤੁਹਾਡੇ ਜਿਹੜੇ ਕੁਲੀਗਸ ਨੇ ਉਹ ਤੁਹਾਡੇ ਨਾਲ ਵੈਲ ਬਿਹੇਵ ਨਹੀਂ ਕਰਦੇ ਜੀ, ਜਾਂ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਫੈਮਿਲੀ ਪਾਰਟਨਰ ਨੇ ਜਾਂ ਫੈਮਿਲੀ ਮੈਂਬਰ ਨੇ, ਉਹਨਾਂ ਦੀਆਂ ਤੁਸੀਂ ਕਿਸੇ ਗੱਲਾਂ ਦੇ ਨਾਲ ਐਗਰੀ ਨਹੀਂ ਕਰਦੇ, ਹੈਪੀ ਨਹੀਂ ਕਰਦੇ, ਅਤੇ ਉਹ ਵੀ ਸਟ੍ਰੈਸ ਹੈਗਾ ਹੈ। ਫਿਰ ਬੱਚਿਆਂ ਦਾ ਸਟ੍ਰੈਸ ਹੈ ਵੀ ਇਹਨਾਂ ਨੇ ਸਵੇਰੇ ਉੱਠ ਕੇ ਸਕੂਲ ਜਾਣਾ ਹੈ, ਇਹ ਪੜ੍ਹਾਈ ਚੰਗੀ ਕਰ ਰਹੇ ਨੇ ਕਿ ਨਹੀਂ। ਕਈ ਵਾਰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦਾ ਸਟ੍ਰੈਸ ਆਪਾਂ ਲੈ ਕੇ ਚੱਲਦੇ ਹਾਂ, ਕਿੱਦਾਂ ਤੁਸੀਂ ਦੱਸਿਆ ਕਿ ਬੱਚੇ ਸਕੂਲ ਦੀ ਬੱਸ ਟਾਈਮ 'ਤੇ ਫੜ ਲੈਣਗੇ, ਟਾਈਮ 'ਤੇ ਅਸੀਂ ਕੰਮ 'ਤੇ ਪਹੁੰਚ ਜਾਵਾਂਗੇ, ਐਂਡ ਆਪਾਂ ਟਾਈਮ 'ਤੇ ਉੱਠ ਜਾਵਾਂਗੇ। ਛੋਟੀ ਛੋਟੀ ਚੀਜ਼ਾਂ ਨੂੰ ਵੀ ਕਈ ਵਾਰ ਲੈ ਕੇ ਐਗਜ਼ਾਇਟੀ ਹੋ ਜਾਂਦੀ ਹੈ ਅਤੇ ਬੰਦਾ ਭੱਜਿਆ ਤਾਂ ਫਿਰਦਾ ਆ, ਲੇਕਿਨ ਉਹਨੂੰ ਇਹ ਨਹੀਂ ਫੀਲ ਹੋ ਰਿਹਾ ਹੁੰਦਾ ਕਿ 24 ਘੰਟੇ ਸਟ੍ਰੈਸ ਹੈ, ਲੇਕਿਨ ਛੋਟੀ ਛੋਟੀ ਚੀਜ਼ਾਂ ਦਾ ਕਿਹਦਾ ਸਟ੍ਰੈਸ ਕਿਸ ਤਰੀਕੇ ਨਾਲ ਉਹਨੂੰ ਹੈਂਡਲ ਕਰਨਾ ਚਾਹੀਦਾ। ਹੈਂਡਲ ਕਰਨਾ ਹੈਗਾ ਕੀ ਹੈ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਇਵੇਂ ਦਾ ਬਣਾ ਲਿਆ ਹੈ ਵੀ ਸਾਨੂੰ ਹੁਣ ਕਈ ਵਾਰੀ ਅਸੀਂ ਸਟ੍ਰੈਸ 'ਤੇ ਇੰਨਾ ਯੂਜ਼ਡ ਹੋ ਜਾਂਦੇ ਹਾਂ, ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਸਟ੍ਰੈਸਫੁਲ ਸਿਚੁਏਸ਼ਨ 'ਚ ਜਾ ਰਹੇ ਹਾਂ। ਅੰਟਿਲ ਕ੍ਰਾਈਸਿਸ ਮੂਵਮੈਂਟ ਦੇ ਵਿੱਚ ਪਹੁੰਚ ਜਾਵੇ ਜਿੱਥੇ ਸਾਡੀ ਬਰਦਾਸ਼ਤ ਦੀ ਹੱਦ ਜਿਹੜੀ ਹੈ ਬਾਹਰ ਹੋ ਜਾਂਦੀ ਹੈਗੀ ਹੈ, ਐਂਡ ਜਦੋਂ ਉੱਥੇ ਜਾ ਕੇ ਆਉਂਦਾ ਹੈ ਫਿਰ ਤਾਂ ਬੰਦਾ ਜਿਹੜਾ ਹੈ ਵੀ ਮਤਲਬ ਕਿ ਜਾਂ ਡਿਪਰੈਸ਼ਨ 'ਚ ਚੱਲ ਜਾਏਗਾ ਜਾਂ ਪੈਨਿਕ ਐਪੀਸੋਡਸ ਵਿੱਚ ਚੱਲ ਜਾਂਦਾ, ਜਿਹਦੇ 'ਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਬੰਦਿਆਂ ਨੂੰ। ਤੋ
ਆਈਡੈਂਟੀਫਾਈ ਕਰਨ ਵਾਸਤੇ ਤੁਹਾਨੂੰ ਸਟ੍ਰੈਸ ਜਿਹੜਾ ਹੈਗਾ, ਕਿਉਂਕਿ ਐਜ਼ ਅ ਸੈਲਰੀ ਹਰ ਇੱਕ ਨੂੰ ਨਹੀਂ ਹੈ, ਅਤੇ ਭਾਵੇਂ ਉਸ ਵੇਲੇ ਕੰਮ 'ਤੇ ਜਾਣ ਦਾ ਭਾਵੇਂ ਕੁਝ, ਇਹਦੇ ਵਾਸਤੇ ਇੱਕ ਚੀਜ਼ ਜਿਹੜੀ ਆ ਉਹ ਮੈਂ ਹਰ ਮਰੀਜ਼ ਨੂੰ ਆਪਣੇ ਨੂੰ ਰਿਕਮੈਂਡ ਕਰਦਾ ਹੁੰਦਾ ਵਾ ਕਿ ਤੁਸੀਂ ਆਪਣੇ ਵਾਸਤੇ ਥੋੜ੍ਹਾ ਜਿਹਾ ਟਾਈਮ ਕੱਢੋ। 24 ਘੰਟੇ ਦਾ ਦਿਨ ਹੈ, 24 ਘੰਟੇ ਦੇ ਦਿਨ ਦੇ ਵਿੱਚ ਅਸੀਂ ਆਪਣੇ ਵਾਸਤੇ ਟਾਈਮ ਨਹੀਂ ਕੱਢਦੇ। ਜਾਂ ਤੁਸੀਂ ਆਪਣੇ ਵਾਸਤੇ ਟਾਈਮ ਕਹਿ ਰਹੇ ਹੋ ਤਾਂ ਉਹ ਤੁਸੀਂ ਐਕਸਰਸਾਈਜ਼ ਨੂੰ ਕਹਿ ਰਹੇ ਹੋ? ਦੋਵੇਂ ਚੀਜ਼ਾਂ ਜੀ। ਇਹ ਦੇਖੋ, ਇੱਕ ਮੈਂਟਲ ਐਕਸਰਸਾਈਜ਼ ਹੈ, ਇੱਕ ਸਾਡੀ ਰੂਹ ਦੀ ਖੁਰਾਕ ਹੈ, ਠੀਕ ਹੈ ਜੀ, ਇੱਕ ਸਾਡੇ ਸਰੀਰ ਦੀ ਖੁਰਾਕ ਹੈ ਜੀ। ਜੇ ਅਸੀਂ ਇਕੱਲੀ ਸਰੀਰ ਦੀ ਖੁਰਾਕ ਜਿਹੜੀ ਹੈ ਉਹ ਦੇਵਾਂਗੇ ਅਤੇ ਰੂਹ ਦੀ ਖੁਰਾਕ ਨਹੀਂ ਦੇਵਾਂਗੇ, ਅਤੇ ਉਹਦੇ ਨਾਲ ਸਾਡਾ ਸਟ੍ਰੈਸ ਘਟਣਾ। ਜਿਵੇਂ ਹੁਣ ਕਹਿ ਲਓ ਅਸੀਂ ਐਕਸਰਸਾਈਜ਼ ਕਰਦੇ ਹਾਂ, ਫਿਜ਼ੀਕਲ ਐਕਸਰਸਾਈਜ਼ ਕਰ ਰਹੇ ਹਾਂ, ਹੈਲਥੀ ਡਾਇਟ ਦੇ ਰਹੇ ਹਾਂ, ਅਸੀਂ ਆਪਣੇ ਸਰੀਰ ਨੂੰ ਦੇ ਰਹੇ ਹਾਂ, ਉਹਦੇ ਨਾਲ ਜਿਹੜਾ ਬੋਡੀ ਮਾਈਂਡ ਦਾ ਸਟ੍ਰੈਸ ਥੋੜ੍ਹਾ ਘਟੇਗਾ ਤਾਂ ਸਹੀ, ਪਰ ਔਨ ਟੋਪ ਆਫ ਦੈਟ ਇਹਨੂੰ ਥੋੜ੍ਹੀ ਰਿਲੈਕਸੇਸ਼ਨ ਵੀ ਚਾਹੀਦੀ ਹੈ ਮਾਈਂਡ ਨੂੰ। ਉਹ ਭਾਵੇਂ ਮੈਡੀਟੇਸ਼ਨ ਦੇ ਥਰੂ ਆਵੇ, ਉਹ ਭਾਵੇਂ ਤੁਸੀਂ ਪ੍ਲੈਜੈਂਟ ਮਿਊਜ਼ਿਕ ਸੁਣਦੇ ਪਏ ਉਹਦੇ ਤੋਂ ਆਵੇ, ਕਿਸੇ ਨੂੰ ਗੁਰਬਾਣੀ ਪੜ੍ਹ ਕੇ ਆਉਂਦੀ ਹੈ, ਗੁਰਬਾਣੀ ਦੇ ਵਿੱਚ ਜਿਹੜਾ ਉਪਦੇਸ਼ ਲੈ ਕੇ ਆਪਣੇ ਮਨ ਨੂੰ ਕਾਮ ਕਰਨਾ ਉਹਦੇ ਨਾਲ ਆਵੇ। ਇਹ ਤੁਹਾਨੂੰ ਆਪ ਨੂੰ ਖੋਜਣਾ ਪੈਣਾ ਵੀ ਤੁਹਾਨੂੰ ਕਿੱਥੇ ਆ ਸੰਤੁਸ਼ਟੀ ਕਿੱਥੇ ਆ ਰਹੀ ਹੈ, ਸੰਤੋਖ ਕਿੱਥੇ ਮਿਲਦਾ ਤੁਹਾਨੂੰ, ਐਂਡ ਜਿੱਥੇ ਵੀ ਉਹ ਸੰਤੋਖ ਮਿਲਦਾ ਹੈ ਉੱਥੇ ਕੁਝ ਪਲ ਲਈ ਠਹਿਰ ਜਾਓ, ਮਨ ਨੂੰ ਆਪਣੇ ਨੂੰ ਠਹਿਰਾ ਲਓ, ਭਾਵੇਂ ਉਹ 5 ਮਿੰਟ ਹੀ ਆ। ਤੁਸੀਂ ਵੇਖੋਗੇ ਜਦੋਂ ਮੈਂ ਕਈ ਵਾਰੀ ਹਿਪਨੋਟਾਈਜ਼ ਕਰਦਾ ਪੇਸ਼ੈਂਟਸ ਨੂੰ ਜੀ, ਉਹਨਾਂ ਨੂੰ ਸਿਰਫ 3 ਮਿੰਟ ਲਈ ਜਾਂ 4 ਮਿੰਟ ਲਈ ਉਹਨਾਂ ਨੂੰ ਠਹਿਰਾ ਦੇਈਦਾ, ਉਹ 4 ਮਿੰਟਾਂ ਦੇ ਵਿੱਚ ਹੀ ਆਪਣੇ ਆਪ ਨੂੰ ਇੰਨਾ ਰਿਲੈਕਸ ਮਹਿਸੂਸ ਕਰਦੇ ਨੇ ਕਿ ਕਈ ਸਾਲਾਂ ਦਾ ਸਟ੍ਰੈਸ ਜਿਹੜਾ ਹੈ ਉਹ ਖੁਦ ਫੀਲ ਕਰਦੇ ਨੇ, ਕਿਉਂਕਿ ਮਾਇੰਡ ਦੀ ਆਦਤ ਹੈ ਇਹਨੇ ਭੱਜੀ ਜਾਣਾ। ਜਿਵੇਂ ਇੱਕ ਬਾਂਦਰ ਦੀ ਇਗਜ਼ੈਂਪਲ ਮੈਂ ਦਿੰਦਾ ਹੁੰਦਾ, ਜਿਵੇਂ ਇੱਕ ਬਾਂਦਰ ਹੈ, ਉਹਨੇ ਉਹਦੀ ਆਦਤ ਹੈ ਵੀ ਉਹਨੇ ਛਾਲਾਂ ਮਾਰੀ ਜਾਣੀ, ਟਬੂਸੀਆਂ ਮਾਰੀ ਜਾਣੀਆਂ ਜੇ ਤੁਸੀਂ ਉਹਨੂੰ ਸ਼ਾਂਤ ਬਿਠਾਉਣਾ ਹੈ, ਇੱਕ ਜਗ੍ਹਾ 'ਤੇ ਬਿਠਾਉਣਾ, ਉਹਨੂੰ ਇੱਕ ਕੇਲਾ ਦੇ ਦਿਓ, ਆਰਾਮ ਨਾਲ ਬੈਠ ਕੇ ਉੱਥੇ ਕੇਲਾ ਖਾਈ ਜਾਏਗਾ, ਜਾਂ ਉਹਨੂੰ ਇੱਕ ਆਰੇ ਲਾ ਦਿਓ। ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਇਹਦੀ ਆਦਤ ਹੈ, ਕਦੀ ਆਹ ਵਿਚਾਰ ਆ ਗਿਆ, ਕਦੀ ਆਹ ਵਿਚਾਰ ਆ ਗਿਆ, ਕਦੀ ਇਸ ਤਰ੍ਹਾਂ, ਕਦੀ ਕੁਝ ਸੋਚਣ ਲੱਗ ਪਿਆ, ਕਦੀ ਕੁਝ ਸੋਚਣ ਲੱਗ ਪਿਆ। ਹੁਣ ਇਹਨੂੰ ਤੁਸੀਂ ਸੈੱਟ ਕਰਨ ਲਈ, ਇਹਨੂੰ ਬ੍ਰੇਕ ਦੇਣ ਲਈ ਇਹਨੂੰ ਮੈਡੀਟੇਸ਼ਨ ਦੇ ਰੂਪ 'ਚ ਪਾ ਦਿਓ। ਜਦੋਂ ਇਹ ਮੈਡੀਟੇਸ਼ਨ ਕਰੇਗਾ, ਭਾਵੇਂ ਉਹ ਮੈਡੀਟੇਸ਼ਨ ਜਿਹੜੀ ਹੈ ਉਹ ਇੱਕ ਸ਼ਬਦ ਦਾ ਜਾਪ ਹੋਵੇ, ਭਾਵੇਂ ਉਹ ਸਵਾਸਾਂ ਨੂੰ ਓਬਜ਼ਰਵ ਕਰਨਾ ਹੋਵੇ, ਭਾਵੇਂ ਉਹ ਯੋਗਾ ਦਾ ਹਿੱਸਾ ਹੋਵੇ, ਕਿਸੇ ਤਰ੍ਹਾਂ ਦੀ ਵੀ ਮੈਡੀਟੇਸ਼ਨ ਹੈ, ਉਹਦਾ ਕੰਮ ਇਹ ਹੈ ਵੀ ਉਹਨੇ ਤੁਹਾਡੇ ਮਨ ਨੂੰ ਥੋੜ੍ਹੀ ਦੇਰ ਲਈ ਖੜ੍ਹਾ ਕਰ ਦੇਣਾ ਜੀ, ਠਹਿਰਾਓ 'ਚ ਲੈ ਆਉਣਾ ਹੈਗਾ, ਸਥਿਰਤਾ ਦੇ ਵਿੱਚ ਲੈ ਆਉਣਾ। ਜਦੋਂ ਤੁਹਾਡਾ ਮਨ ਸਥਿਰਤਾ ਦੇ ਵਿੱਚ ਆਏਗਾ, ਤੁਸੀਂ ਖੁਦ ਵੇਖੋਗੇ ਵੀ ਜਿਹੜਾ ਸਰੀਰ ਹੈ ਉਹ ਹੋਰ ਫੁਰਤੀਲਾ ਹੋ ਜਾਏਗਾ, ਐਨਰਜੈਟਿਕ ਹੋ ਜਾਏਗਾ, ਮਨ ਦੀ ਜਿਹੜੀ ਕੈਪੇਬਿਲਿਟੀ ਹੈ ਜੀ ਉਹ ਵੱਧ ਜਾਏਗੀ ਐਬਜ਼ੋਰਬ ਕਰਨ ਲਈ। ਜਿੰਨੀਆਂ ਵੀ ਤੁਸੀਂ ਸਾਰਾ ਦਿਨ ਅਸੀਂ ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਵੇਖਦੇ ਰਹਿੰਦੇ ਹਾਂ, ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਸਾਡੇ ਮਨ 'ਤੇ ਪ੍ਰਭਾਵ ਪਾਉਂਦੀਆਂ ਰਹਿੰਦੀਆਂ, ਉਹ ਚੀਜ਼ ਜਿਹੜੀ ਉਹ ਦੂਰ ਹੋਣੀ ਸ਼ੁਰੂ ਹੋ ਜਾਏਗੀ ਜੀ, ਤਾਂ ਮਨ ਜਿਹੜਾ ਹੈ ਐਂਗਜ਼ਾਇਟੀ ਤੋਂ ਦੂਰ ਹੋ ਜਾਏਗਾ, ਡਿਪਰੈਸ਼ਨ ਤੋਂ ਦੂਰ ਹੋ ਜਾਏਗਾ, ਐਂਡ ਸਦਾ ਆਨੰਦ ਸਦਾ ਖੜਾਅ ਦੇ ਵਿੱਚ ਰਹੇਗਾ। ਮੀਨਜ਼ ਕਹਿਣ ਦਾ ਮਤਲਬ ਹੈ ਕਿ ਇਹ ਬੰਦੇ ਨੂੰ ਖੁਦ ਲੱਭਣਾ ਪੈਣਾ ਕਿ ਉਹਨੂੰ ਸੰਤੁਸ਼ਟੀ ਕਿੱਥੇ ਮਿਲ ਰਹੀ ਹੈ। ਹਾਂਜੀ ਹਾਂਜੀ, ਇੱਥੇ ਤਾਂ ਗੁਰਬਾਣੀ ਵੀ ਖੁਦ ਕਹਿੰਦੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਦਿਲ ਨੂੰ ਖੋਜ, ਆਪਣੇ ਅੰਦਰ ਨੂੰ ਖੋਜ, ਆਪਣੇ ਮਨ ਨੂੰ ਖੋਜ, ਦਿਲ ਮਨ ਹੀ ਹੈ ਨਾ, ਆਪਣੇ ਮਨ ਨੂੰ ਖੋਜ ਕਿ ਤੂੰ ਚਾਹੁੰਦਾ ਕੀ ਹੈ, ਤੂੰ ਕਿੱਥੇ ਬੈਠਾ ਹੈ, ਕੀ ਕਰ ਰਿਹਾ ਹੈ, ਅਤੇ ਜਦੋਂ ਤੂੰ ਖੋਜਣਾ ਸ਼ੁਰੂ ਕਰ ਦੇਗਾ ਫਿਰ ਨਹੀਂ ਤੂੰ ਕਿਸੇ ਪਰੇਸ਼ਾਨੀ ਦੇ ਵਿੱਚ ਆਉਂਦਾ। ਪਰੇਸ਼ਾਨੀ ਐਂਗਜ਼ਾਇਟੀ ਸਟ੍ਰੈਸ ਹੈ, ਇਹ ਗੁਰੂ ਸਾਹਿਬ ਅੱਜ ਤੋਂ 500 ਸਾਲ ਪਹਿਲੇ ਆਪਾਂ ਨੂੰ ਦੱਸ ਗਏ, ਤਾਂ ਐਂਗਜ਼ਾਇਟੀ ਉਦੋਂ ਵੀ ਸੀ, ਹੁਣ ਵੀ ਹੈ,
ਪਰ ਅਸੀਂ ਇਹ ਤੈਅ ਕਰਨਾ ਵੀ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਸੰਤੁਸ਼ਟਤਾ ਵਿੱਚ ਆਉਂਦੇ ਹਾਂ। ਉਹ ਭਾਵੇਂ ਸੰਤੁਸ਼ਟਤਾ ਤੁਹਾਨੂੰ ਸੈਰਾਂ ਦੇ ਵਿੱਚ ਸੈਰ ਕਰਦਿਆਂ ਹੋਵੇ, ਭਾਵੇਂ ਉਹ ਸੰਤੁਸ਼ਟਤਾ ਜਿਹੜੀ ਹੈ ਪਰਿਵਾਰ ਦੇ ਵਿੱਚ ਬੈਠ ਕੇ ਕੁਝ ਪਲ ਵਟਾਂਦਿਆਂ ਹੋ ਜਾਵੇ, ਉਹਦੇ 'ਚ ਵੀ ਰਿਲੈਕਸੇਸ਼ਨ ਹੋਵੇ, ਹੱਸ ਖੇਡ ਕੇ ਹੋ ਜਾਂਦੀ ਹੈ। ਹਾਂਜੀ, ਅਤੇ ਕਈ ਹੁਣ ਲਾਫਿੰਗ ਕਲੱਬਸ ਵੀ ਬਣੇ ਨੇ, ਜਿਵੇਂ ਤੁਸੀਂ ਕੋਈ ਚੁਟਕਲਾ ਸੁਣਦਾ ਕੋਈ, ਉਹਦੇ ਵਿੱਚ ਤੁਸੀਂ ਮਨੋਰੰਜਨ ਜਿੱਥੇ ਵੀ ਹੈ ਤੁਹਾਡਾ ਉਹਦੇ ਨਾਲ ਵੀ ਹੋ ਜਾਂਦੀ ਹੈ। ਪਰ ਜਿਹੜੀ ਸਥਿਰਤਾ ਵਾਲੀ ਹੈਗੀ ਹੈ, ਜਿਹੜੀ ਸਦਾ ਖੇੜੇ ਵਾਲੀ ਰਹਿਣ ਵਾਲੀ ਹੈ, ਉਹ ਤੁਸੀਂ ਆਪ ਲੱਭਣੀ ਹੈ ਤੁਹਾਡੇ ਵਾਸਤੇ ਕੀ ਚੀਜ਼ ਹੈ, ਕੀ ਚੀਜ਼ ਹੈ, ਕਿਸ ਤਰੀਕੇ ਨਾਲ ਹੈਗੀ ਹੈ। ਅਤੇ ਇਹ ਮੀਨਜ਼ ਅੱਜ ਦੇ ਟੋਪਿਕ ਦੇ ਵਿੱਚ ਬੜੀਆਂ ਇੱਦਾਂ ਦੀਆਂ ਡਿਟੇਲਸ ਹੈਗੀਆਂ ਆ, ਕਿਉਂਕਿ ਇਹਦੇ ਵਿੱਚ ਭਗਤੀ ਵੀ ਆ ਗਈ ਹੈ, ਐਕਸਰਸਾਈਜ਼ ਵੀ ਆ ਗਈ ਆ, ਅਤੇ ਤੁਹਾਡੇ ਦਿਲ ਨੂੰ ਕਿਸ ਤਰੀਕੇ ਨਾਲ ਤੁਸੀਂ ਲੱਭਣਾ ਆ, ਕੰਟਰੋਲ ਕਰਨਾ ਆ, ਕਿ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਆਪਣੇ ਆਪ ਦੇ ਵਿੱਚ ਉਹ ਐਕਟੀਵਿਟੀ ਲੱਭਣੀ ਹੈ। ਅੱਛਾ, ਇੱਕ ਹੋਰ ਚੀਜ਼ ਇਹਦੇ 'ਚ ਮੈਂ ਐਡ ਕਰਦਾ ਜਾਵਾਂਗਾ, ਕਿਉਂਕਿ ਮਜੋਰਟੀ ਆਫ ਦਾ ਟਾਈਮ ਆਪਾਂ ਇਹ ਜਿੰਨੀ ਦੇਰ ਤੱਕ ਉਹਦਾ ਕੋਈ ਡੇਂਜਰਸ ਇਫੈਕਟ ਨਾ ਹੋਵੇ, ਅਸੀਂ ਉਹਨੂੰ ਕਿਓਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਸਟ੍ਰੈਸ ਜਿਹੜਾ ਹੈਗਾ, ਤੁਸੀਂ ਵੇਖੋਗੇ ਸਟ੍ਰੈਸ ਬਲੱਡ ਪ੍ਰੈਸ਼ਰ ਕਰਦਾ, ਸਟ੍ਰੈਸ ਜਿਹੜਾ ਹੈਗਾ ਸ਼ੂਗਰ ਦੀਆਂ ਪ੍ਰੋਬਲਮਸ ਕਰਦਾ, ਸਟ੍ਰੈਸ ਤੁਹਾਨੂੰ ਨੀਂਦ ਜਿਹੜੀ ਹੈ ਤੁਹਾਡੀ ਖਰਾਬ ਕਰਦਾ, ਤੁਹਾਨੂੰ ਨੀਂਦ ਨਹੀਂ ਆਈ ਅਗਲੇ ਦਿਨ ਤੁਸੀਂ ਟਾਇਰਡ ਮਹਿਸੂਸ ਕਰਦੇ ਹੋ, ਟਾਇਰਡ ਮਹਿਸੂਸ ਕਰਦੇ ਹੋ, ਤੁਸੀਂ ਕੰਮ ਨਹੀਂ ਕਰ ਪਾ ਰਹੇ, ਤੁਸੀਂ ਕੰਮ ਨਹੀਂ ਕਰ ਪਾ ਰਹੇ, ਤੁਹਾਡੀ ਡਿਪਰੈਸ਼ਨ ਦੇ ਉਹ ਆ ਜਾਂਦੇ ਨੇ, ਸਿੰਪਟਮ ਆ ਜਾਂਦੇ ਨੇ ਸਟ੍ਰੈਸ ਦੇ ਕਰਕੇ, ਕਿਉਂਕਿ ਬਲੱਡ ਪ੍ਰੈਸ਼ਰ ਵੱਧ ਰਿਹਾ, ਉਹਦੇ ਕਰਕੇ ਹਾਰਟ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਹਾਰਟ ਅਟੈਕਸ ਹੁੰਦੇ ਨੇ, ਸਟ੍ਰੈਸ ਦੇ ਕਰਕੇ ਤੁਹਾਡਾ ਜਿਹੜਾ ਸਟ੍ਰੋਕਸ ਦੀਆਂ ਪ੍ਰੋਬਲਮ ਆਉਂਦੀਆਂ ਨੇ, ਅਧਰੰਗ ਹੋ ਗਿਆ ਸਾਰੀਆਂ ਚੀਜ਼ਾਂ। ਇਸ ਕਰਕੇ ਸਟ੍ਰੈਸ ਜਿਹੜਾ ਹੈਗਾ ਉਹਨੂੰ ਜਿੰਨੀ ਦੇਰ ਤੱਕ ਆਪਾਂ ਨਹੀਂ ਕੰਟਰੋਲ ਕਰਦੇ, ਉੰਨੀ ਦੇਰ ਤੱਕ ਬੋਡੀ ਜਿਹੜੀ ਹੈਗੀ ਹੈ ਉਹ ਰਿਲੈਕਸੇਸ਼ਨ ਫੇਜ਼ ਦੇ ਵਿੱਚ ਨਹੀਂ ਜਾਂਦੀ, ਅਤੇ ਜਿੰਨੇ ਤੱਕ ਰਿਲੈਕਸੇਸ਼ਨ ਫੇਜ਼ 'ਚ ਨਹੀਂ ਜਾਂਦੀ ਸਾਨੂੰ ਇਹ ਸਾਰੀਆਂ ਪ੍ਰੋਬਲਮਾਂ ਰਹਿਣਗੀਆਂ। ਤੋ ਬੇਸਿਕ ਮੂਲ ਜਿਹੜਾ ਹੈ ਹਰ ਚੀਜ਼ ਦਾ, ਜਿਹਨੂੰ ਕਹਿ ਲਓ, ਉਹ ਸਟ੍ਰੈਸ ਹੈ। ਅਤੇ ਸਟ੍ਰੈਸ ਤਾਂ ਕਰਕੇ ਵੀ ਆਉਂਦਾ ਹੈ ਵੀ ਅਸੀਂ ਐਜ਼ ਅ ਸੈਡ ਵੀ ਅਸੀਂ ਆਪਣੇ ਗੋਲ ਜਿਹੜੇ ਨੇ ਉਹ ਮਿੱਥ ਲਏ, ਹੁਣ ਜੇ ਗੋਲ ਸਾਡਾ ਪੂਰਾ ਨਹੀਂ ਹੋ ਰਿਹਾ ਅਤੇ ਅਸੀਂ ਉਸੇ ਚੀਜ਼ ਦੇ ਉੱਤੇ ਝੂਰੀ ਜਾ ਰਹੇ ਪਏ ਹਾਂ, ਉਹਦੇ ਨਾਲ ਵੀ ਸਟ੍ਰੈਸ ਆ ਜਾਂਦਾ ਹੈ। ਤੋ ਆਪਾਂ ਨੂੰ ਆਪਣੇ ਧਰਮਾਂ ਨੇ ਸਪੈਸ਼ਲੀ ਬੜਾ ਕੁਛ ਸਮਝਾਇਆ ਹੈ ਵੀ ਤੁਸੀਂ ਜੋ ਤੁਹਾਡੇ ਕੋਲ ਹੈ ਤੁਸੀਂ ਉਹਦੇ 'ਚ ਰਾਜ਼ੀ ਰਹੋ, ਤੁਸੀਂ ਕੰਟੈਂਟ ਰਹੋ, ਤੁਸੀਂ ਰੱਬ ਦਾ ਸ਼ੁਕਰ ਕਰੋ ਤੁਹਾਡੇ ਕੋਲ ਸਾਰਾ ਕੁਛ ਉਹਨੇ ਦਿੱਤਾ ਹੈ, ਆਪਾਂ ਨੂੰ ਇੰਨੀਆਂ ਵਧੀਆ ਚੀਜ਼ਾਂ ਦਿੱਤੀਆਂ, ਸਾਰਾ ਕੁਛ ਦਿੱਤਾ, ਉਹਦੇ ਨਾਲ ਤੁਸੀਂ ਵੇਖੋਗੇ ਤੁਹਾਡੇ 'ਚ ਆਪਣੇ ਆਪ ਹੀ ਸਥਿਰਤਾ ਆਉਣੀ ਸ਼ੁਰੂ ਹੋ ਜਾਏਗੀ, ਮਨ ਜਿਹੜਾ ਹੈ ਉਹ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ। ਸੈਟਿਸਫੈਕਸ਼ਨ ਦਾ ਕੋਈ ਵੀ ਲੈਵਲ ਨਹੀਂ ਹੈ, ਸੈਟਿਸਫੈਕਸ਼ਨ ਦਾ ਕਿਸੇ ਨੂੰ ਕਦੇ ਕੋਈ ਲੈਵਲ ਨਹੀਂ ਹੈ ਜੀ। ਜਿਹੜਾ ਜਿਹੜੇ ਬੰਦੇ ਕੋਲ ਥੋੜ੍ਹਾ ਪੈਸਾ ਉਹ ਕਹਿੰਦਾ ਮੇਰੇ ਤੋਂ ਜ਼ਿਆਦਾ ਆ ਜਾਵੇ, ਜਿਹਦੇ ਕੋਲ ਜ਼ਿਆਦਾ ਉਹ ਕਹਿੰਦਾ ਮੇਰੇ ਕੋਲ ਬਹੁਤ ਜ਼ਿਆਦਾ ਆ ਜਾਵੇ, ਐਂਡ ਉਸੇ ਚੱਕਰ ਦੇ ਭੱਜ ਦਰਦ ਵਿੱਚ ਹੀ ਆਦਮੀ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਅਤੇ ਸਟ੍ਰੈਸ ਦੇ ਵਿੱਚ ਆਉਂ ਬਿਮਾਰੀਆਂ ਕਈ ਚੀਜ਼ਾਂ ਨਿਕਲ ਆਉਂਦੀਆਂ। ਪਰ ਜੋ ਤੁਹਾਡੇ ਕੋਲ ਹੈ ਤੁਸੀਂ ਉਹਦੇ 'ਚ ਕੰਟੈਂਟ ਹੋ, ਐਂਡ ਜਦੋਂ ਤੁਸੀਂ ਕੰਟੈਂਟ ਹੋ ਤੁਹਾਡੀ ਜਿਹੜਾ ਸਟ੍ਰੈਸ ਹੈ ਨਾ ਉਹ ਸਮੇਂ ਜੀਰੋ ਹੈ। ਅਤੇ ਦੋਸਤੋ, ਅੱਜ ਦਾ ਕਿਹੜਾ ਮੇਨ ਟੋਪਿਕ ਸੀਗਾ ਸਟ੍ਰੈਸ, ਅਤੇ ਕਿਸ ਤਰੀਕੇ ਨੇ ਡਾਕਟਰ ਸਾਹਿਬ ਨੇ ਸਮਝਾਇਆ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕੰਟਰੋਲ ਕਰਨ ਦੀ, ਉਹਦੇ ਅਲੱਗ ਅਲੱਗ ਤਰੀਕੇ ਨੇ। ਅਤੇ ਤੁਹਾਨੂੰ ਕਿੱਦਾਂ ਦਾ ਸਾਡਾ ਪ੍ਰੋਗਰਾਮ ਲੱਗਦਾ, ਤੁਸੀਂ ਜ਼ਰੂਰ ਉਹਦਾ ਫੀਡਬੈਕ ਵੀ ਦੇਵੋ, ਅਤੇ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਅਤੇ ਆਪਣੇ ਕੁਸ਼ਚਨ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਅਤੇ ਮੈਂ ਸਪੈਸ਼ਲੀ ਡਾਕਟਰ ਸਾਹਿਬ ਤੱਕ ਤੁਹਾਡੇ ਕੁਸ਼ਚਨ ਲੈ ਕੇ ਆਊਂਗਾ। ਅਤੇ ਇਸੇ ਦੇ ਨਾਲ ਡਾਕਟਰ ਸਾਹਿਬ ਤੁਹਾਨੂੰ ਇੱਕ ਵਾਰੀ ਫਿਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਅਸੀਂ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ।